बिस्मिल्लाह रहमान रहीम, अस्सलाम वालेकुम नाजरीन। तुसी वेखदे पे यूनाइटेड पाकिस्तान टीवी, तो यूनाइटेड पाकिस्तान टीवी की टीम अज फिर तुहाडे नाल हाजिर। अज असी बहुत ही इंट्रस्टेड जी वीडियो लैके आए हैं तुहाडे वास्ते, तो यह तुसी देख रहे हो मशीन। तो सब तो पहला गुजारिश है कि अगर चैनल में सबसक्राइब नहीं किया तो सबसक्राइब कर लो, नाल ही बैल आइकन का बटन है वह भी प्रेस कर लो। मकसद ये कि हर नवी तो नवी तो लेटेस्ट वीडियो सब तो पहला तुहाडे को पहुँचती रहे। तो आओ जी वीडियो शुरू करते हैं, तो वीडियो नू लाइक भी करना है तो शेयर भी करना है। तो यह तुहानू मशीन विखा रहे हैं, यह कोई USA नहीं सिर, तो ना ही कोई बाहर का मुल्क है, ये अपना पाकिस्तान है। यह देख रहे हो जी, अपने पाकिस्तान भी मशीन मुतारफ करवा दी गई है। यह मशीन जनाब मुंजी लाने वाली मशीन है, तो ये बारे मजीद भी गलबात करांगे। आपां पुछांगे उस्ताद रां नू भी इहदी की इनफॉर्मेशन है, जो भी ये मुतलक होया सब भी तुहानू गाइड करांगे। तो आओ जी पुछदे हैं। अस्सलाम वालेकुम जी भाईजान, की नाम है अपना? मेरा नाम इफ्तखार नदीम। थोड़ा जा उच्ची बोलो जरा। इफ्तखार नदीम। इफ्तखार नदीम साहब ए ने जी, इफ्तखार नदीम साहब ए जनाब ऑपरेटर ने, ड्राइवर ने, इहदे मशीन दे इहनू चलांदे ने। ते इस तरह ही मतलब कि इकड़ां दे हिसाब नाल भाईजान कदों तो काम कर रहे हो, मतलब कि कदों तो पाकिस्तान च आई मशीन? पाकिस्तान च तकरीबन पहले दिन सी है। अच्छा अच्छा। आस्ता-आस्ता वधदी पई, आस्ता-आस्ता इहदा रुझान वधदा जांदा है। ठीक है। ते ए जनाब हां जी, एवरेज अच्छी है, एवरेज अच्छी है। ए किथों दी है? मेड इन मतलब USA जापान? किथों दी? जापान दी है। जापान तो कबूटा कंपनी, मेड इन जापान। कबूटा कंपनी, मेड इन जापान। ए डायरेक्ट पाकिस्तान च इंपोर्ट हो गया ये? हां जी डायरेक्ट। सही, बिल्कुल नवी फ्रेश ਲਈ ਤੁਸੀਂ, ਮਤਲਬ ਕਿ ਜੋ ਵੀ ਚੀਜ਼ਾਂ ਇਹਦੇ ਨਾਲ ਸਾਡੇ ਕੋਲ ਯੂਜ਼ ਵੀ ਹੈ ਨੇ, ਤੇ ਮਤਲਬ ਕਿ ਆਪਣਾ ਇਹੀ ਸਿਸਟਮ ਹੈਗਾ ਵੇ, ਇਹਦੇ ਨਾਲ ਦੇ ਇਧਰ ਰਿਲੇਟਡ ਤੁਹਾਡੇ ਕੋਲ ਕਾਫੀ ਮਸ਼ੀਨਾਂ ਮੌਜੂਦ ਨੇ। ਤੇ ਇਹ ਕਦੋਂ ਤੋਂ ਪਾਕਿਸਤਾਨ ਚ ਸ਼ੁਰੂ ਕਰ ਰਹੇ ਤੁਸੀਂ, ਮਤਲਬ ਕਿ ਆਪਣਾ ਐਕਸਪੀਰੀਅੰਸ ਕਿੰਨਾ ਕੁ ਹੈ? ਸਾਡਾ ਤਕਰੀਬਨ ਦੂਸਰਾ ਸੀਜ਼ਨ ਹੈ। ਦੂਸਰਾ ਸੀਜ਼ਨ ਹੈ। ਤੇ ਪਹਿਲੇ ਸੀਜ਼ਨ ਦੀ ਇਹਦੀ ਐਵਰੇਜ ਕਿਸ ਤਰ੍ਹਾਂ ਦੀ ਟਾਈਪ ਦੀ ਨਿਕਲੀ? ਅੱਛੀ ਨਿਕਲੀ ਇਹ? ਅੱਛੀ ਐਵਰੇਜ ਹੈ ਜੀ, ਯਾਨੀ ਆਮ ਰੂਟੀਨ ਚ ਜੈਸੇ ਮਤਲਬ ਕਿ ਲਾਬੇ ਲਾਉਂਦੇ ਨੇ ਮੁੰਜੀ, ਉਹਦੇ ਨਾਲ ਅੱਛੀ ਐਵਰੇਜ ਹੈ? ਅੱਛੀ ਐਵਰੇਜ ਹੈ। ਸਹੀ ਹੋ ਗਿਆ, ਗੁੱਡ ਹੋ ਗਿਆ। ਤੇ ਇਹਦਾ ਮਤਲਬ ਕਿ ਕਿਸ ਤਰ੍ਹਾਂ ਤੁਸੀਂ ਇਹ ਪਨੀਰੀ ਪੱਟਦੇ ਹੋ, ਮਤਲਬ ਕਿ ਟ੍ਰੇਵਾਂ ਦੇ ਹਿਸਾਬ ਨਾਲ ਦੇਖਿਆ ਕਿ ਟ੍ਰੇ ਤੁਸੀਂ ਬਣਾਏ ਹੋਏ ਨੇ, ਤੇ ਮਤਲਬ ਕਿ ਕਿਸ ਤਰ੍ਹਾਂ ਮਤਲਬ ਕਿ ਬੀਜਦੇ ਵੀ ਤੁਸੀਂ ਆਪ ਉਹ ਕਿੰਨਾ ਬੀਜਦੇ ਹੋ, ਕੀ ਸੁਰਤ ਹਾਲ ਹੈ ਦੱਸੋ ਜਰਾ। ਇਹ ਪਨੀਰੀ ਵਾਲੀ ਇੱਕ ਅਲੱਗ ਮਸ਼ੀਨ ਹੁੰਦੀ ਆ। ਅੱਛਾ। ਤੇ ਉਹਦੇ ਨਾਲ ਅਸੀਂ ਪਨੀਰੀ ਲਾਉਣੀ ਹੁੰਦੀ ਆ ਆਪ। ਉਸ ਤੋਂ ਬਾਅਦ ਟ੍ਰੇਵਾਂ ਦੇ ਵਿੱਚ ਪਨੀਰੀ ਲੱਗਦੀ ਆ ਜੀ ਜੀ। ਤੇ ਜਦ ਤੱਕ ਤਿਆਰ ਹੋ ਜਾਂਦੀ ਫਿਰ ਉਸ ਤਰ੍ਹਾਂ ਅਸੀਂ ਟ੍ਰੇਵਾਂ ਜਿਹੜੀਆਂ ਨਾ ਚੁੱਕ ਕੇ ਲੈ ਆਈਆਂ ਨੇ। ਠੀਕ ਹੋ ਗਿਆ। ਤੇ ਉਹ ਫਿਰ ਇਹਦੇ ਵਿੱਚ ਮਸ਼ੀਨ ਦੇ ਵਿੱਚ ਰੱਖ ਕੇ ਤੇ ਆਪਣਾ ਲਾਈ ਦੀ ਹੈ। ਤੇ ਇਹ ਮਤਲਬ ਕਿ ਕਿੰਨੀ ਮਸ਼ੀਨ ਦੇ, ਇਹਦੇ ਬਾਰੇ ਮਸ਼ੀਨ ਦੇ ਮੁਤਲਕ ਸਾਨੂੰ ਥੋੜਾ ਜਿਹਾ ਸਮਝਾਓ ਨਾ, ਕੁਝ ਦੱਸੋ, ਮਤਲਬ ਕਿ ਕਿੰਨੀ ਇਹਦੀ ਆਪਣਾ ਕਿੰਨੀਆਂ ਇਹਦੇ ਪਾਲੀਆਂ ਨੇ ਜਿਹੜੀਆਂ ਲੱਗਦੀਆਂ ਨੇ, ਤੇ ਮਤਲਬ ਕਿ ਕਿੰਨੇ ਏਕੜ ਜਿਹੜੀ ਇੱਕ ਦਿਨ ਚ ਲਾ ਜਾਂਦੀ ਹੈ? ਤਕਰੀਬਨ 12 ਤੋਂ 14 ਏਕੜ ਕੱਢ ਸਕਦੀ ਹੈ ਦਿਨ ਚ। 12 ਤੋਂ 14 ਏਕੜ ਦਿਨ ਚ ਕੱਢ ਲੈਂਦੀ? ਹਾਂਜੀ। ਇਹਦਾ ਜਿਹੜਾ ਨਾ ਤਕਰੀਬਨ 45 ਮਿੰਟ 40 ਮਿੰਟ ਇਹਦਾ ਏਕੜ ਦਾ ਯਾਨੀ ਕਿ ਟਾਈਮ ਹੈ। 45 ਮਿੰਟ ਜੇ ਏਕੜ ਮੁਕੰਮਲ ਲਾ ਦੇਗੀ ਤੁਹਾਡਾ, ਮੁਕੰਮਲ ਹੋ ਜਾਏਗਾ ਏਕੜ, ਫਾਈਨਲ ਹੋ ਗਿਆ। ਇਹ ਤਾਂ ਮਤਲਬ ਜ਼ਿਮੀਦਾਰ ਭਰਾਵਾਂ ਵਾਸਤੇ ਤੇ ਬਹੁਤ ਅੱਛਾ ਮਤਲਬ ਕਿ ਇਕਦਾਮ ਹੈ, ਤੇ ਬਹੁਤ ਸਹੂਲਤ ਬਣ ਗਈ ਹੈ। ਜਿਸ ਤਰ੍ਹਾਂ ਕਿ ਪਹਿਲਾਂ ਕੋਈ ਥ੍ਰੈਸ਼ਰ ਨਹੀਂ ਸੀ ਹੁੰਦੀ ਤੇ ਹਾਰਵੈਸਟਰ ਨਹੀਂ ਸੀ ਹੁੰਦੀ, ਇਸੇ ਤਰ੍ਹਾਂ ਹੀ ਹੁਣ ਮੁੰਜੀ ਲਾਉਣ ਵਾਲੀ ਮਸ਼ੀਨ ਆ ਗਈ ਜਨਾਬ ਸਾਡੇ ਪਾਕਿਸਤਾਨ 'ਚ, ਤੇ ਬਹੁਤ ਅੱਛਾ ਮਤਲਬ ਕਿ ਰਿਜ਼ਲਟ ਜਾ ਰਿਹਾ। ਤੁਸੀਂ ਇਹਦੀ ਮਤਲਬ ਕਿ ਜੋ ਪਿੱਛੇ ਲਾਈ ਹੈ, ਤੁਹਾਡੇ 2 ਸਾਲ ਦਾ ਐਕਸਪੀਰੀਅੰਸ ਦੱਸ ਰਹੇ ਹੋ ਕਿ ਇਹ 2 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਇਹਦੀ ਐਵਰੇਜ ਚੈੱਕ ਕੀਤੀ ਹੈ, ਮਤਲਬ ਕਿ ਜਦੋਂ ਮੁੰਜੀ ਪੱਕਦੀ ਹੈ ਅੱਛੀ ਐਵਰੇਜ ਨਿਕਲੀ? ਅੱਛੀ ਐਵਰੇਜ ਹੈ ਜੀ। ਸਹੀ ਹੋ ਗਿਆ। ਹਾਂਜੀ। ਤੇ ਇਹਦਾ ਮਸ਼ੀਨ ਦਾ ਕੀ ਖਰਚਾ ਹੈ, ਮਤਲਬ ਕਿ ਕੀ ਇਹਦੇ ਕਿੰਨੇ ਗੇਅਰ ਨੇ, ਕਿਸ ਤਰ੍ਹਾਂ ਚੱਲਦੀ ਹੈ ਇਹ ਮਸ਼ੀਨ? ਆਟੋਮੈਟਿਕ ਹਾਈਡ੍ਰੌਲਿਕ ਮਸ਼ੀਨ ਜੀ ਜੀ। ਹਾਂਜੀ। ਤੇ ਮੈਨੂਅਲ ਵੀ ਹੈ ਫੇ, ਲੇਕਿਨ ਇਹ ਜਿਹੜੀ ਆਟੋਮੈਟਿਕ ਹਾਈਡ੍ਰੌਲਿਕ ਹੈ ਟੋਟਲ। ਸਹੀ। ਇਹ ਡੀਜ਼ਲ ਤੇ ਵੇ? ਹਾਂਜੀ ਇਹ ਡੀਜ਼ਲ ਮਸ਼ੀਨ ਹੈ। ਠੀਕ ਹੈ। ਮੀਨ ਕਿ ਫਸਦੀ ਨਹੀਂ, ਫਸਣ ਵਾਲਾ ਕੋਈ ਚੱਕਰ ਨਹੀਂ, ਥੱਲੇ ਟਾਇਰ ਵਗੈਰਾ ਮਤਲਬ ਕਿ ਜਿਹੜੇ ਨੇ ਇਹਦੇ? ਫਸਣ ਵਾਲਾ ਕੋਈ ਚੱਕਰ ਨਹੀਂ। 4x4 ਚਾਰੇ ਵੀ ਰਿਓਰ ਲਾਉਂਦੇ ਨੇ ਇਹਦੇ, ਮਤਲਬ ਕਿ। ਠੀਕ ਹੋ ਗਿਆ। ਤੇ ਬਾਕੀ ਇਹਦਾ ਡੀਜ਼ਲ ਹੈ ਕਿ ਪੈਟਰੋਲ ਹੈ, ਕੀ ਹੈ ਇਹਦਾ? ਡੀਜ਼ਲ ਹੈ। ਡੀਜ਼ਲ ਹੈਗਾ। ਤੇ ਡੀਜ਼ਲ ਦੇ ਖਰਚੇ ਨੂੰ ਅਗਰ ਵੇਖੀਏ ਤੇ ਉਹ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੋਗੇ, ਕਿੰਨਾ ਕੁ ਖਰਚਾ ਮਤਲਬ ਕਿ ਜ਼ਿਆਦਾ ਰਹੇ ਕਿ ਮਤਲਬ ਕਿ ਮناسب ਹੈ, ਕੀ ਹੈ? ਮناسب ਖਰਚਾ। ਜ਼ਿਮੀਦਾਰਾਂ ਭਰਾਵਾਂ ਵਾਸਤੇ ਕੋਈ ਐਡਾ ਇਸ਼ੂ ਨਹੀਂ ਮੇਨ ਚ। ਅੱਛਾ, ਇਹ ਆਮ ਬੰਦਾ ਵੀ ਅਫੋਰਡ ਕਰ ਸਕਦਾ ਹੈ ਕਿ ਨਹੀਂ?
ਬਿਲਕੁਲ ਕਰ ਸਕਦਾ ਇਹ ਆ ਪਰਚੇਸ ਕਰ ਸਕਦਾ ਮਸ਼ੀਨ ਆ ਮਤਲਬ ਕਰ ਸਕਦਾ ਜ਼ਾਰੀ ਬਾਤ ਹੈ ਹੁਣ 2-4 ਸਾਲ ਚੱਲੇਗੀ ਲੋਕ ਐਵਰੇਜ ਵੇਖਣਗੇ ਤੇ ਫਿਰ ਤੇ ਬਿਲਕੁਲ ਹੀ ਚੈਨਲ ਦੇ ਮੋਬਾਈਲ ਤਰ੍ਹਾਂ ਆਮ ਹੋਏਗੀ ਨਾ ਮਾੜਾ ਲੋਕ ਤਾਂ ਖੈਰ ਨਹੀਂ ਕਰ ਸਕਦਾ ਜੀ ਜੀ ਕਿ ਮਾੜਾ ਲੋਕ ਹੁਣ ਇਹ ਵੇਖੋ ਨਾ ਜਿਹਦੇ ਕੋਲ ਆਪਣੇ ਖਾਣ ਪੀਣ ਦਾ ਹਿਸਾਬ ਨਹੀਂ ਉਹਨਾਂ ਕਿੱਥੇ ਪਰਚੇਸ ਕਰਨੀ ਨਹੀਂ ਨਹੀਂ ਉਹ ਦੀ ਤੇ ਠੀਕ ਹੈ ਇੱਕ ਅਲੱਗ ਚੀਜ਼ ਦੇਖੋ ਜੇ ਜਿਹੜਾ ਰਕਬੇਦਾਰ ਬੰਦਾ ਹੈ ਨਾ ਠੀਕ ਹੈ ਨਾ ਮਤਲਬ ਕਿ ਜਿਹਦਾ ਜਿਹੜਾ ਸ਼ੁਰੂ ਤੋਂ ਹੀ ਇਸ ਸੈਟਅਪ ਵਿੱਚ ਮੌਜੂਦ ਹੈ ਰਕਬਾ ਉਹ ਕਰ ਸਕਦਾ ਉਹ ਵਾਸਤੇ ਕੋਈ ਐਨਾ ਇਸ਼ੂ ਨਹੀਂ ਹੈਗਾ गुड हो गया ते ऐ तुसी जनाब मतलब के 40 तो 45 मिनट दा एरिया दे रहे हो के इन दे विच मतलब के बहुत अच्छा सेटअप जा रहा है मतलब किला जेड़ा तोड़ा कट जांदी तानू कोई इशू तो नहीं हुंदा कोई प्रॉब्लम तो नहीं हुंदी किसी किस्म दी कोई प्रॉब्लम नहीं हुंदा ना के बाद औकात मशीना खराब भी हो जांदी ना कोई मसला कर जांदी ना थोड़ा बहुत मैंने आज वीडियो बनाई है सारी ते अपना बिल्कुल जबरदस्त चल रही है सही हो गया जबरदस्त चल रही जी भाई इथे सानू की बहा लगे दसो सानू जरा ए भाई जी टायर ने दे जी जी ए थल्ले दा अपना स्प्रिंग सिस्टम आ स्प्रिंग सिस्टम है जैक भी लगा होया सी देख रहे हां जी हां जी कोई फसण वाला चक्कर नहीं है दा बाद कात कोई नवा बंदा देखदा परेशान हो जांदा कि पानी दे विच किस तरह चलदी भाई लेकिन काफी हार्ड बनाई हुई अच्छी मतलब के वर्किंग करके बड़ी अच्छी मशीन है कोई वाला फसण वाला चक्कर नहीं अच्छा ए जेडे प्लास्टिक दे लाए ने ट्रे ए ट्रे कहंदे हो तुसी ए नाल रीलां लगियां होईयां ने जी तुहाडी ठीक हो गया ते एदे थले की मतलब के नुजला ने की चक्कर है दे बारे थोड़ा सा गाइड करो सानू ट्रे दा काम है भाई जी के इनु जेड़ा ना पनीरी वाला ट्रे हुंदा ओनु आस्ता आस्ता थले कर दी जांदी है ते ए जियां जेड़ियां ना नुजला नुजला ए थले नुजला ने जी नुजला ने ए 8 नुजला ने एदी जो सेटिंग होई है उस दे मुताबिक ही ये काम करेगी इसे तरह ही है जी हां जी ठीक हो गया ए नुजला ने जी तुसी वेख रहे हो ਤੇ ਬਾਕੀ ਆ ਜਿਹੜੇ ਪਨੀਰੀ ਦੇ ਆਪਣਾ ਜਿਹੜੇ ਸ਼ੈਡ ਨੇ ਆਪਣਾ ਟ੍ਰੇ ਹਾਂਜੀ ਇਹ ਪਨੀਰੀ ਇਹ ਆਟੋਮੈਟਿਕਲੀ ਖੁਦ ਮੂਵ ਹੁੰਦੇ ਨੇ ਸਾਡੇ ਜਿਹੜੇ ਲੱਗੇ ਹੋਏ ਨਾ ਇਹਦੀ ਇਹ ਕਨਵੇਅਰ ਹੈ ਇਹਦੀ ਜੀ ਜੀ ਇਹ ਯਾਨੀ ਕਿ ਇਹਨੂੰ ਥੱਲੇ ਕਰਦੀ ਹੈ ਠੀਕ ਹੋ ਗਿਆ ਜਿਸ ਤਰ੍ਹਾਂ ਤੁਸੀਂ ਲਿਫਟ ਤੇ ਜਾਂਦੇ ਹੋ ਤੇ ਵੇਖਦੇ ਹੋ ਤੇ ਮਤਲਬ ਕਿ ਤੁਹਾਨੂੰ ਖੁਦ ਹੀ ਉੱਪਰ ਲੈ ਕੇ ਜਾਂਦੀ ਬਿਲਕੁਲ ਹੀ ਇਸੇ ਤਰ੍ਹਾਂ ਇਹਦੇ ਆ ਜੇ ਲੱਗੇ ਨੇ ਜਿਹੜੇ ਮਤਲਬ ਕਿ ਇਹਨੂੰ ਕਨਵੇਅਰ ਲੈ ਕੇ ਆਉਂਦੇ ਨੇ ਟ੍ਰੇ ਨੂੰ ਥੱਲੇ ਲੈ ਕੇ ਆਉਂਦੇ ਨੇ ਪਨੀਰੀ ਨੂੰ ਜ਼ਬਰਦਸਤ ਜੀ ਮਾਸ਼ਾਅੱਲਾ ਜੀ अच्छा भाई जान साडे चैनल दे तबस्सम नाल अगर लोगों नु पसंद आंदा तुहाडा वर्क माशाल्लाह बच्चा वर्क ते अच्छा तो तुहाडा पसंद आने वाला ते अगर तुहाडे नाल कोई राबता करना चाहे साडे चैनल दे तबस्सम नाल जिस तरह तुसी इत्थे कॉन्ट्रैक्ट बेस ते ला रहे हो ना जी कॉन्ट्रैक्ट बेस ते अगर तुहाडे कोल कोई जिम्मेदार भरा होर लवाना चाहे मतलब कि अपना रकबे ते ते तुहाडे आर्डर करना चाहे ते तुसी की अपना नंबर मेंशन कर दियो फिर सानू साडा कॉन्टैक्ट नंबर जी नंबर की भाई जान अपना नंबर बोलो 0300 जी जी 2351 0308 जी गुड हो गया जी नाम अपना भाई ने दस दिता पहले ही मेंशन कर दिता नंबर भी बकायदा दे दिता है ते चैनल दे तबस्सम नाल अगर तुसी तुहानू अगर अच्छी लगदी वीडियो ते लाइक ते शेयर जरूर करना है ते बाकी भाई यार नाल राबता भी तुसी कर सकदे कॉन्ट्रैक्ट बेस ते लांदे ने ते सारा सैटअप मौजूद है इहनां कोल जनाब बिल्कुल हैल्पर रखे हुए ने ते दो दो बकायदा ऑपरेटर ने इस मशीन दे कोई किसे किस्म दी टेंशन नहीं जनाब ते वीडियो तुहानू अज दी किद्दां लगी तुहाडे फीडबैक दा सानू जरूर इंतजार रहेगा कमेंट करके जरूर दस्यो भी अज दी तुहानू वीडियो किद्दां लगी अगली वीडियो दे नाल दिओ यूनाइटेड पाकिस्तान टीवी दी टीम नू इजाजत मिलते हैं नेक्स्ट वीडियो नाल अल्लाह हाफिज़।